ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਹਰ ਤਰ੍ਹਾਂ ਦੀਆਂ ਖਬਰਾਂ ਸੁਣਨ ਲਈ ਇਸ ਚੈਨਲ ਨੂੰ ਰੈੱਡ ਬਟਨ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਸੋ ਮੁਲਾਜ਼ਮਾਂ ਦੇ ਪੈਨਸ਼ਨ ਦਾ ਵਫਦ ਜੋ ਹਰਪਰਸਿੰਗ ਸੀਮਾ ਨੂੰ ਮਿਲਿਆ ਹੈ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹੜੇ-ਕਿਹੜੇ ਭੱਤਿਆਂ ਦੀ ਗੱਲ ਕੀਤੀ ਆ ਕਿਹੜੇ-ਕਿਹੜੇ ਉਹਨਾਂ ਨੇ ਸਪੈਸ਼ਲ ਮੰਗਾਂ ਦੀ ਗੱਲ ਕੀਤੀ ਹੈ ਜੋ ਉਹਨਾਂ ਨੇ ਇਨਕਰੀਜ਼ ਕਰਨ ਲਈ ਕਿਹਾ ਸੋ ਉਸ ਨੂੰ ਆਪਾਂ ਪ੍ਰੋਪਰਲੀ ਡਿਸਕਸ ਕਰਦੇ ਹਾਂ ਪੰਜਾਬ ਸਰਕਾਰ ਡਰਾਈਵਰ ਐਂਡ ਟੈਕਨੀਕਲ EMPLOYES ਯੂਨੀਅਨ ਦਾ ਵਫਦ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਵਾ ਨੂੰ ਮਿਲਿਆ ਆਪਦੀ ਬਠਿੰਡਾ ਇਕਾਈ ਦੇ ਸ਼ਹਿਰੀ ਪ੍ਰਧਾਨ ਗੋਬਿੰਦਰ ਸਿੰਘ ਜਤਨਾ ਸਦਕਾ ਸੂਬਾ ਪ੍ਰਧਾਨ ਗੁਰਤੇਜ ਸਿੰਘ ਬਰਾੜ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਡਰਾਈਵਰਾਂ ਦੀਆਂ ਮੰਗਾਂ ਦੇ ਸੰਬੰਧ ਵਿੱਚ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਯੂਨੀਅਨ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਨੇ ਦੱਸਿਆ ਕਿ ਫੀਲਡ ਵਿੱਚ ਕੰਮ ਕਰਦੀ ਡਰਾਈਵਰਾਂ ਨੂੰ ਸਪੈਸ਼ਲ ਪੱਤੇ ਦੀ ਥਾਂ ਸਕੱਤਰੇ ਦੀ ਤਰਜ਼ ਤੇ ਸਪੈਸ਼ਲ ਤਨਖਾਹ ਦਿੱਤੀ ਜਾਵੇ ਇਸ ਦੇ ਨਾਲ ਕੈਨਵਸ ਅਲਾਉਂਸ ਬਾਰੇ ਵੀ ਪੱਤਰ ਸਪਸ਼ਟ ਕਰਕੇ ਜਾਰੀ ਕਰਨ ਦੀ ਮੰਗ ਕੀਤੀ ਗਈ ਕਿਉਂਕਿ ਇਹ ਪੱਤਾ ਕਈ ਡਰਾਈਵਰਾਂ ਨੂੰ ਮਿਲਦਾ ਹੈ ਅਤੇ ਕਈਆਂ ਨੂੰ ਨਹੀਂ ਉਹਨਾਂ ਮੰਗ ਕੀਤੀ ਕਿ ਵੱਖ-ਵੱਖ ਵਿਭਾਗਾਂ ਵਿੱਚ ਆਊਟਸੋਰਸਿੰਗ ਰਾਹੀਂ ਚੱਲ ਰਹੀਆਂ ਗੱਡੀਆਂ ਬੰਦ ਕੀਤੀਆਂ ਜਾਣ ਕੰਡਮ ਖੜੀਆਂ ਵਿਭਾਗ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਵੇ ਡਰਾਈਵਰਾਂ ਦੀ ਰਿਸਕ ਭੱਤੇ ਤਹਿਤ 1500 ਰੁਪਏ ਦਿੱਤੇ ਜਾਣ ਸੋ ਇਸ ਦੇ ਵਿੱਚ ਜਿਆਦਾ ਮੰਗ ਕੀਤੀ ਗਈ ਹੈ ਉਹ ਡਰਾਈਵਰਾਂ ਨੂੰ ਲੈ ਕੇ ਕੀਤੀ ਗਈ ਹੈ ਕਿਉਂਕਿ ਉਹਨਾਂ ਦੀ ਜਿਹੜੀ ਨੌਕਰੀ ਹੈ ਉਹ ਰਿਸਕ ਦੇ ਵਿੱਚ ਹੁੰਦੀ ਹੈ ਜਿਸ ਕਰਕੇ ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੀ ਸਪੈਸ਼ਲ ਤਨਖਾਹ ਦੇ ਵਿੱਚ ਵਾਦਾ ਕੀਤਾ ਜਾਵੇ ਸਪੈਸ਼ਲ ਪੱਤੇ ਦਿੱਤੇ ਜਾਣ ਉਹਨਾਂ ਨੂੰ ਜਿਵੇਂ ਇਹ ਰਿਸਕ ਪੱਤਾ ਹੁੰਦਾ ਕਿਉਂਕਿ ਉਹਨਾਂ ਦੀ ਲਾਈਫ ਹੈ ਜਿਹੜੀ ਰਿਸਕ ਚ ਹੁੰਦੀ ਹੈ ਤਾਂ ਉਹਨਾਂ ਦੇ ਪੱਤੇ ਇਨਕਰੀਜ਼ ਕੀਤੇ ਜਾਣ ਨਾਲ ਹੀ ਉਹਨਾਂ ਨੇ ਇੱਕ ਗੱਲ ਕੀਤੀ ਹੈ ਮੀਟਿੰਗ ਦੇ ਵਿੱਚ ਵੀ ਜੋ ਗੱਡੀਆਂ ਖਰਾਬ ਨੇ ਜਾਂ ਜਿਨ੍ਹਾਂ ਦਾ ਕੰਮ ਪ੍ਰੋਪਰ ਨਹੀਂ ਹੋਇਆ ਉਹਨਾਂ ਦੀ ਮੁਰੰਮਤ ਕੀਤੀ ਜਾਵੇ ਕਿਉਂਕਿ ਉਹ ਚੀਜ਼ਾਂ ਦਾ ਉਹਨਾਂ ਦੀ ਲਾਈਫ ਦੇ ਵਿੱਚ ਕਿਤੇ ਨਾ ਕਿਤੇ ਖਤਰਾ ਵੀ ਕੋ ਸਕਦਾ ਹੈ ਸੋ ਉਹਨਾਂ ਨੇ ਕਿਹਾ ਵੀ ਜੋ ਕੰਡਮ ਗੱਡੀਆਂ ਨੇ ਉਹਨਾਂ ਦੀ ਮੁਰੰਮਤ ਕੀਤੀ ਜਾਵੇ ਤੇ ਜਿਹੜੇ ਰਿਸਕ ਪੱਤੇ ਆ ਉਹਨਾਂ ਨੂੰ 1500 ਰੁਪਏ ਕੀਤਾ ਜਾਵੇ ਸੋ ਏਸੀਜੀ ਡਰਾਈਵਰ ਤੇ ਆਊਟਸੋਰਸਿੰਗ ਦੇ ਟੈਕਨੀਕਲੀ ਇੰਪਲਾਈਜ਼ ਦੇ ਨਾਲ ਸੰਬੰਧਿਤ ਖਬਰ ਸੋ ਹਰ ਤਰ੍ਹਾਂ ਦੀਆਂ ਮੁਲਾਜ਼ਮਾਂ ਤੇ ਪੈਨਸ਼ਨਸ ਦੀਆਂ ਖਬਰਾਂ ਸੁਣਨ ਲਈ ਇਸ ਚੈਨਲ ਨੂੰ ਰੈੱਡ ਬਟਨ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਹਰ ਅਪਡੇਟ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਧੰਨਵਾਦ ਜੀ